ਕੀ ਖਾਣ ਨੂੰ ਜਦੋਂ ਕਸ਼ਮੀਰ ਵਿੱਚ ਸ਼ੁਰੂਆਤ ਹੁੰਦੀ ਦਿਨ ਵਿੱਚ ਸਵੇਰੇ ਚਾਹ ਦੇ ਨਾਲ, ਸਵੇਰੇ ਕੀ ਸ਼ੁਰੂਆਤ ਹੁੰਦੀ ਖਾਣ? ਜਬ ਸਵੇਰੇ ਚਾਹ ਨਾਲ ਖਾਂਦੀ ਹੈ, ਚਾਹ ਨਾਲ ਖਾਂਦੀ ਹੈ, ਇਹ ਖਾਣਾ ਚਾਹ ਤੇ ਜੋ ਵੀ ਖਾਏਗਾ ਇਹ ਚਾਹ ਨਾਲ ਖਾਣੀ ਚਾਹੁੰਦੇ, ਇਹਨੂੰ ਬਕਰ ਖਾਣੀ ਕਹਿੰਦੇ ਹੈ। ਇਹ ਪਹਿਲੇ ਆਟਾ ਗੁੰਨਦੇ ਹਮ, ਉਸਮੇ ਨਮਕ ਡਾਲਤੇ ਹੈ, ਔਰ ਕਸ਼ਮੀਰ ਕੀ ਜੋ ਸਪੈਸ਼ਲਿਟੀ ਹੈ ਖੰਬੀਰਾ ਕਹਿਤੇ ਹੈ ਉਸਕੋ, ਵਹੀ ਇਸਮੇ ਟੇਸਟ ਵੀ ਵਹੀ ਉਸੀ ਵਜ੍ਹਾ ਸੇ ਜ਼ਾਇਕਾ ਆਤਾ ਹੈ ਇਸਮੇ। ਦੁਪਹਿਰ ਦਾ ਖਾਣਾ ਜਿਹੜਾ ਹੁੰਦਾ ਹੈ ਉਹ ਇਹ ਘਿਓ ਨਾਲ ਹੁੰਦਾ ਹੈ, ਘਿਓ ਵਾਲਾ ਗਿਰਦਾ ਹੈ, ਇਸਕੋ ਕਸ਼ਮੀਰੀ ਮੇ ਗਿਰਦਾ ਕਹਿਤੇ ਹੈ। ਹਾਂ, ਇਹ ਘਿਓ ਵਾਲਾ ਹੋਤਾ ਹੈ, ਤਿਲ ਵਾਲਾ ਹੋਤਾ ਹੈ, 10 ਰੁਪਏ ਕਾ ਪੀਸ ਹੈ, 5 ਦਿਨ ਤੱਕ ਇਸਕੀ ਗਾਰੰਟੀ ਹੈ, ਇਹ ਜੈਸਾ ਯਹਾਂ ਲੈ ਜਾਓਗੇ ਵੈਸੇ ਕਾ ਵੈਸਾ ਹੀ ਰਹਿਤਾ ਹੈ। ਚਾਹੇ ਸ਼ੂਗਰ ਵਾਲਾ ਪੇਸ਼ੈਂਟ ਕੋਈ ਵੀ ਉਹ ਬਿਮਾਰ ਬਿਮਾਰ ਜੋ ਵੀ ਉਹ ਖਾ ਸਕਦਾ ਹੈ, ਇਸਮੇ ਕੋਈ ਵੋ ਨਹੀਂ ਹੈ ਕਿ ਇਹ ਗਰਮ ਹੈ ਜਾਂ ਵੋ ਹੈ, ਇਹ ਬਿਮਾਰ ਨਹੀਂ ਖਾ ਸਕਦਾ, ਜਿਸ ਕੋ ਮਰਜ਼ੀ ਬੱਚੇ ਸੇ ਲੈ ਕਰ ਬੂੜੇ ਤੱਕ ਇਹ ਖਾ ਸਕਦਾ ਹੈ। ਸ਼ਾਮ ਕੋ ਇਹ ਰੋਟੀ ਲੈ ਜਾਓ, ਰੱਖੋ ਜਹਾਂ ਮਰਜ਼ੀ ਵਹਾਂ ਰੱਖੋ, ਪਾਲੀਥੀਨ ਮੇ ਰੱਖੋ, ਸੁਬਹ ਕੋ ਇਸਕੋ ਤਵੇ ਪਰ ਖੁਦ ਗਰਮ ਕਰ ਸਕਦਾ ਹੈ ਬੰਦਾ, ਟਿਫਨ ਮੇ ਡਾਲ ਦੇ ਔਰ ਚੱਲ ਦੇ, ਇਹ ਵੈਸਾ ਕਾ ਵੈਸਾ ਹੀ, ਇਹ ਦੇਖੋ ਇਹ ਕਿਤਨਾ ਨਰਮ ਹੈ, ਇਹ ਇਕਦਮ ਮੁਲਾਇਮ ਰਹਿਤਾ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਅਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਅਸੀਂ ਅਕਸਰ ਦੇਖਦੇ ਹਾਂ ਵੀ ਜ਼ਿਆਦਾਤਰ ਅਸੀਂ ਢਾਬਿਆਂ ਉੱਤੇ ਜਾਂਦੇ ਹਾਂ ਪੰਜਾਬ ਦੇ, ਅਤੇ ਅਸੀਂ ਉੱਥੇ ਜਾ ਕੇ ਪੰਜਾਬ ਦੀ ਰੋਟੀ ਖਾਂਦੇ ਹਾਂ, ਅਤੇ ਖਾਸ ਕਰਕੇ ਪੰਜਾਬ ਦੇ ਢਾਬਿਆਂ 'ਤੇ ਤੁਹਾਨੂੰ ਦਾਲ ਫੁਲਕਾ ਜਾਂ ਪੰਜਾਬੀ ਬਣੀਆਂ ਰੋਟੀਆਂ ਮਿਲਦੀਆਂ ਨੇ, ਅਤੇ ਵੱਧ ਤੋਂ ਵੱਧ ਅਸੀਂ ਦੇਖਦੇ ਹਾਂ ਵੀ ਕੁਲਚੇ ਜਿਹੜੇ ਕਿ ਪੰਜਾਬੀ ਹੁੰਦੇ ਨੇ ਉਹ ਖਾਣ ਨੂੰ ਮਿਲਦੇ ਨੇ। ਪਰ ਅੱਜ ਤੁਹਾਨੂੰ ਅੰਮ੍ਰਿਤਸਰ ਵਿੱਚ ਤਸਵੀਰਾਂ ਵਿਖਾਵਾਂਗੇ ਅਜਿਹੀਆਂ ਜਿੱਥੇ ਕਿ ਅੰਮ੍ਰਿਤਸਰ ਦੇ ਗਰਵਾਲੀ ਚੌਂਕ ਵਿੱਚ ਜਿੱਥੇ ਕਿ ਇੱਕ ਕਸ਼ਮੀਰੀ ਢਾਬਾ ਖੋਲਿਆ ਗਿਆ ਵਾ, ਅਤੇ ਕਸ਼ਮੀਰ ਦੀ ਤੁਹਾਨੂੰ ਹਰ ਇੱਕ ਜਿਹੜੀ ਵਰਾਇਟੀ ਹੈ ਖਾਣ ਨੂੰ ਉੱਥੇ ਮਿਲੂਗੀ, ਅਤੇ ਕਸ਼ਮੀਰ ਦੀ ਤੁਹਾਨੂੰ ਵਰਾਇਟੀ ਜਿਹੜੀ ਕਿ ਉੱਥੇ ਰੋਟੀਆਂ ਵੀ ਜਿਹੜੀਆਂ ਕਸ਼ਮੀਰੀ ਤੁਹਾਨੂੰ ਖਾਣ ਨੂੰ ਮਿਲਣਗੀਆਂ, ਅਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਵੀ ਕਿਸ ਤਰ੍ਹਾਂ ਜਿਹੜੀਆਂ ਰੋਟੀਆਂ ਕਸ਼ਮੀਰ ਦੀਆਂ ਤਿਆਰ ਹੁੰਦੀਆਂ ਨੇ, ਅਤੇ ਕਿੰਨੇ ਕਿੰਨੇ ਦਿਨ ਜਿਹੜੀਆਂ ਖਰਾਬ ਨਹੀਂ ਹੁੰਦੀਆਂ, ਆਪ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤਾਂ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਇਹ ਜਿਹੜੇ ਕਸ਼ਮੀਰੀ ਢਾਬਾ ਵਾ ਅੰਮ੍ਰਿਤਸਰ ਦੇ ਗਰਵਾਲੀ ਚੌਂਕ ਵਿੱਚ, ਅਤੇ ਤੁਸੀਂ ਦੇਖ ਸਕਦੇ ਹੋ ਵੀ ਇਹ ਵਰਾਇਟੀਆਂ ਨੇ, ਇਹ 5 ਤਰ੍ਹਾਂ ਦੀਆਂ ਜਿਹੜੀਆਂ ਵਰਾਇਟੀਆਂ ਨੇ, ਸਵੇਰੇ ਨਾਸ਼ਤੇ ਨਾਲ ਲੈ ਕੇ ਦੁਪਹਿਰ ਤੱਕ ਅਤੇ ਰਾਤ ਤੱਕ ਜਿਹੜੀ ਇਹ ਖਾਧੀਆਂ ਜਾਂਦੀਆਂ ਨੇ, ਅਤੇ ਕਸ਼ਮੀਰੀ ਕੁਲਚਾ ਵੀ ਕਿਹਾ ਜਾਂਦਾ ਇਹਨਾਂ ਨੂੰ, ਕਹਿੰਦੇ ਬੜੀ ਮਿਹਨਤ ਦੇ ਨਾਲ ਤਿਆਰ ਹੁੰਦਾ ਅਤੇ ਬੜੇ ਲੋਕ ਪਸੰਦ ਵੀ ਕਰਦੇ ਨੇ, ਕਸ਼ਮੀਰੀ ਲੋਕ ਸਵੇਰੇ ਆਪਣੇ ਨਾਸ਼ਤੇ ਨਾਲ ਇਹ ਜਿਹੜੀਆਂ ਸਮਾਨ ਸਵੇਰੇ ਤਿਆਰ ਕਰਦੇ ਨੇ ਅਤੇ ਖਾਂਦੇ ਨੇ। ਗੱਲਬਾਤ ਵੀ ਕਰਾਂਗੇ ਸਾਡੇ ਨਾਲ, ਵੀਰ ਸਾਡੇ ਨਾਲ ਗੱਲਬਾਤ ਕਰਾਂਗੇ। ਹਾਂਜੀ ਵੀਰ ਜੀ, ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਹੈ ਸਬਜ਼ਾਰ ਅਹਿਮਦ। ਸਬਜ਼ਾਰ ਅਹਿਮਦ ਜੀ, ਮੇਰੇ ਸੁਭ ਕਸ਼ਮੀਰੀ ਢਾਬੇ 'ਤੇ ਪਹੁੰਚੇ ਹਾਂ, ਪੂਰਾ ਪੰਜਾਬ ਵਿੱਚ ਕਸ਼ਮੀਰੀ ਢਾਬੇ ਦਾ ਮਾਹੌਲ ਬਣਿਆ ਹੋਇਆ, ਅਤੇ ਕੀ ਖਾਣ ਨੂੰ ਜੋ ਕਸ਼ਮੀਰ ਵਿੱਚ ਸ਼ੁਰੂਆਤ ਹੁੰਦੀ ਦਿਨ ਵਿੱਚ ਸਵੇਰੇ ਚਾਹ ਦੇ ਨਾਲ, ਸਵੇਰੇ ਕੀ ਸ਼ੁਰੂਆਤ ਹੁੰਦੀ ਖਾਣ ਨੂੰ? ਜਬ ਸਵੇਰੇ ਚਾਹ ਨਾਲ ਖਾਂਦੀ ਹੈ, ਚਾਹ ਨਾਲ ਖਾਂਦੀ ਹੈ, ਇਹ ਖਾਣਾ ਚਾਹ ਤੇ ਜੋ ਵੀ ਖਾਏਗਾ ਇਹ ਚਾਹ ਨਾਲ ਖਾਣੀ ਚਾਹੁੰਦੇ, ਇਹਨੂੰ ਬਕਰ ਖਾਣੀ ਕਹਿੰਦੇ ਹੈ, 5 ਰੁਪਏ ਦਾ ਪੀਸ ਮਿਲਦਾ ਜੀ। ਹਾਂ, ਇਹ 5 ਰੁਪਏ ਇਹ ਤਿਆਰ ਕਿਸ ਤਰ੍ਹਾਂ ਹੁੰਦਾ ਅਤੇ ਇਹਦਾ ਸਵਾਦ ਕਿਸ ਤਰ੍ਹਾਂ ਦਾ ਹੁੰਦਾ ਹੈ? ਇਹ ਪਹਿਲੇ ਆਟਾ ਗੁੰਨਦੇ ਹਮ, ਉਸਮੇ ਨਮਕ ਡਾਲਦੇ ਹੈ, ਔਰ ਕਸ਼ਮੀਰ ਕੀ ਜੋ ਸਪੈਸ਼ਲਿਟੀ ਹੈ ਖੰਬੀਰਾ ਕਹਿਤੇ ਹੈ ਉਸਕੋ, ਵਹੀ ਇਸਮੇ ਟੇਸਟ ਵੀ ਵਹੀ ਉਸੀ ਵਜ੍ਹਾ ਸੇ ਜ਼ਾਇਕਾ ਆਤਾ ਹੈ ਇਸਮੇ, ਵੋ ਖੰਬੀਰਾ ਡਾਲਦੇ ਹੈ ਇਸਮੇ, ਫਿਰ ਹਮ ਪੇੜਾ ਬਣਾਤੇ ਹੈ, ਜੈਸੇ ਉਹ ਪੇੜਾ ਆਪਣੇ ਦੇਖਾ ਇਹ ਬਣਾਤੇ ਹੈ, ਫਿਰ ਇਹ ਪੇੜੇ ਲਗਾਤੇ ਹੈ ਇਸਮੇ, ਘੀ ਲਗਾਤੇ ਹੈ ਇਸਮੇ, ਫਿਰ ਇਹ ਪੇੜੇ ਤੰਦੂਰੇ ਮੇ ਲਗਾਤੇ ਹੈ, 5 ਮਿੰਟ ਕੇ ਬਾਅਦ ਆਪਕੋ ਨਜ਼ਰ ਆਏਗੀ ਬਾਇਕਰ ਖਾਣੀ ਤਿਆਰ। ਬਿਲਕੁਲ, ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਵੀ ਇਹ ਜਿਹੜੀ ਹੈ ਅਸੀਂ ਜਿਵੇਂ ਸਵੇਰੇ ਚਾਹ ਦੇ ਨਾਲ ਬ੍ਰੈਡ ਖਾਂਦੇ ਹਾਂ,
ਅਤੇ ਦਿਨ ਦੀ ਸ਼ੁਰੂਆਤ ਕਰਦੇ ਹਾਂ। ਉਸੇ ਤਰ੍ਹਾਂ ਕਸ਼ਮੀਰੀ ਜਿਹੜੇ ਸਾਡੇ ਭਰਾ ਨੇ ਉਹ ਵੀ ਸਵੇਰੇ ਚਾਹ ਦੇ ਨਾਲ ਇਹ ਜਿਹੜੀ ਖਾਂਦੇ ਨੇ ਅਤੇ ਉਸ ਤੋਂ ਬਾਅਦ ਦਿਨ ਦੀ ਸ਼ੁਰੂਆਤ ਕਰਦੇ ਨੇ। ਅਤੇ ਮੈਨੂੰ ਇਸ ਤੋਂ ਹੋਰ ਭਾਈ ਸਾਹਿਬ ਹੋਰ ਉਸ ਤੋਂ ਬਾਅਦ ਜਿਹੜੀ ਦੁਪਹਿਰ ਦਾ ਖਾਣਾ ਹੁੰਦਾ ਉਹ ਕੀ ਤਿਆਰ ਹੁੰਦਾ, ਕਿਸ ਤਰ੍ਹਾਂ ਸ਼ੁਰੂਆਤ ਹੁੰਦੀ ਹੈ? ਦੁਪਹਿਰ ਦਾ ਖਾਣਾ ਜਿਹੜਾ ਹੁੰਦਾ ਹੈ ਉਹ ਇਹ ਘਿਓ ਨਾਲ ਹੁੰਦਾ ਹੈ, ਘਿਓ ਵਾਲਾ ਗਿਰਦਾ, ਇਸ ਕੋ ਕਸ਼ਮੀਰੀ ਮੈਂ ਗਿਰਦਾ ਕਹਿਤੇ ਹੈ। ਹਾਂ, ਇਹ ਘਿਓ ਵਾਲਾ ਹੋਤਾ ਹੈ, ਤਿਲ ਵਾਲਾ ਹੋਤਾ ਹੈ, 10 ਰੁਪਏ ਕਾ ਪੀਸ ਹੈ। ਇਹ ਦਿਨ ਮੈਂ ਖਾ ਸਕਦੇ ਹੋ, ਆਪ ਤਵੇ ਪਰ ਘਰ ਪਰ ਰੱਖ ਸਕਦੇ ਹੋ, 5 ਦਿਨ ਤੱਕ ਇਸ ਕੀ ਗਾਰੰਟੀ ਹੈ। ਇਹ ਜੈਸਾ ਯਹਾਂ ਲੈ ਜਾਓਗੇ ਵੈਸੇ ਕਾ ਵੈਸਾ ਹੀ ਰਹਿਤਾ ਹੈ। ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਵੀ ਇਹ ਜਿਹੜਾ ਗਿਰਦਾ ਬਣਾਉਂਦੇ ਨੇ ਇਹ ਸਾਡੇ ਕਸ਼ਮੀਰੀ ਵੀਰ ਜਿਹੜੇ ਨੇ ਦੁਪਹਿਰ ਨੂੰ ਖਾਂਦੇ ਨੇ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਵੀ ਇਹਦੇ ਵਿੱਚ ਜਿਹੜੇ ਕਿ ਤਿਲ ਲਗਾਏ ਗਏ ਨੇ, ਤਿਲ ਬਹੁਤ ਸਾਡੀ ਸਿਹਤ ਵਾਸਤੇ ਚੰਗੇ ਹੁੰਦੇ ਨੇ। ਅਤੇ ਵੀਰ ਦਾ ਕਹਿਣਾ ਵੀ ਇਹ ਜਿਹੜਾ 5 ਦਿਨ ਜਿਹੜਾ ਗਿਰਦਾ ਜਿਹੜਾ ਖਰਾਬ ਨਹੀਂ ਹੁੰਦਾ, ਕਸ਼ਮੀਰੀ ਲੋਕ ਬਹੁਤ ਖਾਂਦੇ ਨੇ। ਅਤੇ ਮੈਨੂੰ ਇਹ ਦੱਸੋ ਵੀ 5 ਦਿਨ ਤੁਸੀਂ ਦੱਸਿਆ ਵੀ ਖਰਾਬ ਨਹੀਂ ਹੁੰਦੇ, ਇਹ ਸਾਡੀ ਸਿਹਤ ਵਾਸਤੇ ਕਿੰਨਾ ਲਾਹੇਵੰਦ ਹੈ? ਅਸੀਂ ਦੇਖਦੇ ਵੀ ਇਹਦੇ ਵਿੱਚ ਤਿਲ ਲਗਾਏ ਗਏ ਨੇ। ਇਹ ਤਿਲ ਹੈ ਜੋ ਉੱਪਰ ਲਗਾਤੇ ਹੈ, ਉੱਪਰ ਹਮ ਇਸਕੋ ਦਹੀਂ ਲਗਾਤੇ ਹੈ, ਤੋ ਫਿਰ ਇਸਕੋ ਤੰਦੂਰੇ ਮੇਂ ਲਗਾਤੇ ਹੈ, ਫਿਰ ਇਹ ਕਲਰ ਆ ਜਾਤਾ ਹੈ। ਪਹਿਲੇ ਇਸਕੋ ਆਟਾ ਗੂੰਦਤੇ ਹੈ, ਉਸਮੇਂ ਘੀ ਮਿਲਾਤੇ ਹੈ, ਫਿਰ ਇਸਕਾ ਪੇੜਾ ਬਣਤਾ ਹੈ, ਫਿਰ ਪੇੜਾ ਬਣ ਕੇ ਤਬ ਤਿਆਰ ਹੋਤਾ ਹੈ, ਫਿਰ ਲਗਾਤੇ ਹੈ ਯਹਾਂ ਪੇ, ਫਿਰ ਲਗਾਤੇ ਹੈ ਤੰਦੂਰੇ ਮੇਂ। ਤੰਦੂਰੇ ਮੇਂ ਜਬ ਲਗਾਤੇ ਹੈ ਤੋ ਫਿਰ ਇਸਕੇ ਉੱਪਰ ਤਿਲ ਵੀ ਲਗਾਤੇ ਹੈ, ਉਸੇ ਤਾਂ ਕਿ ਜ਼ਾਇਕਾ ਵੀ ਬੜੇ ਔਰ ਉੱਪਰ ਸੇ ਟੇਸਟ ਵੀ ਅਲੱਗ ਹੀ ਆਤਾ ਹੈ। ਜਿੱਥੇ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ, ਪੰਜਾਬ ਦੇ ਲੋਕ ਖਾਸ ਕਰਕੇ ਅੰਮ੍ਰਿਤਸਰ ਦੇ ਲੋਕ ਨੇ, ਬਿਲਕੁਲ ਜੀ ਗਿਰਦਾ ਤਿਆਰ ਹੋ ਰਿਹਾ, ਤੁਸੀਂ ਦੇਖ ਸਕਦੇ ਹੋ ਤਸਵੀਰ ਵਿੱਚ, ਤੇ ਉਹ ਕੈਸੇ ਬਣਤਾ ਹੈ, ਆਪ ਇਹ ਲਾਈਵ ਦੇਖੋ। ਗਿਰਦਾ ਤਿਆਰ ਕੀਤਾ ਜਾ ਰਿਹਾ ਭਰਾਵਾਂ ਵੱਲੋਂ ਬੜੀ ਮਿਹਨਤ ਨਾਲ, ਵਧੀਆ ਤਿਆਰ ਕੀਤਾ ਜਾ ਰਿਹਾ, ਲੋਕ ਬਹੁਤ ਪਸੰਦ ਵੀ ਕਰਦੇ ਨੇ, ਜਿੱਥੇ ਕਸ਼ਮੀਰੀ ਲੋਕ ਪਸੰਦ ਕਰਦੇ ਨੇ ਉੱਥੇ ਸਾਡੇ ਅੰਮ੍ਰਿਤਸਰ ਦੇ ਜਿਹੜੇ ਲੋਕ ਨੇ ਉਹ ਵੀ ਜਿਹੜੇ ਕਸ਼ਮੀਰੀ ਰੋਟੀਆਂ ਦਾ ਜਿਹੜਾ ਜਿਹੜੀ ਕਿ ਬਹੁਤ ਪਸੰਦ ਕਰਦੇ ਨੇ। ਇਹ ਜੋ ਲਗਾਇਆ ਇਸਨੇ ਉਸਤਾਦ ਨੇ ਜੋ ਲਗਾਇਆ ਇਸਕੋ ਤਿਲ ਕਹਿਤੇ ਹੈ, ਗਿਰਦਾ ਕਹਿਤੇ ਹੈ, ਉੱਪਰ ਸੇ ਜੋ ਛਿੜਕਾ ਇਸ ਪਰ ਤਿਲ ਔਰ ਉੱਪਰ ਸੇ ਦਹੀਂ ਛਿੜਕਾ ਹੈ, ਇਸਮੇਂ ਕਿਆ ਕਿ ਜ਼ਾਇਕੇ ਜੋ ਹੈ ਨਾ ਉਹ ਜ਼ਾਇਕਾ ਇਸਕੋ ਆਟੋਮੈਟਿਕ ਜ਼ਾਇਕਾ ਹੀ ਅਲੱਗ ਹੋ ਜਾਤਾ ਹੈ। ਇਹ ਨਮਕੀਨ ਹੋਤਾ ਹੈ, ਚਾਹੇ ਸ਼ੂਗਰ ਵਾਲਾ ਪੇਸ਼ੈਂਟ ਕੋਈ ਵੀ ਉਹ ਬਿਮਾਰ ਬਿਮਾਰ ਜੋ ਵੀ ਉਹ ਖਾ ਸਕਦੇ ਹੈ, ਇਸਮੇਂ ਕੋਈ ਵੋ ਨਹੀਂ ਹੈ ਕਿ ਇਹ ਗਰਮ ਹੈ ਜਾਂ ਵੋ ਹੈ, ਇਹ ਬਿਮਾਰ ਨਹੀਂ ਖਾ ਸਕਦਾ, ਜਿਸਕੋ ਮਰਜ਼ੀ ਬੱਚੇ ਸੇ ਲੇਕਰ ਬੋੜੇ ਤੱਕ ਇਹ ਖਾ ਸਕਦਾ ਹੈ। ਕਹਿ ਸਕਦੇ ਵੀ ਹੁਣ ਜੇਕਰ ਸਾਨੂੰ ਪੰਜਾਬ ਵਿੱਚ ਜੇਕਰ ਅਸੀਂ ਕਸ਼ਮੀਰੀ ਖਾਣਾ ਖਾਣਾ ਹੋਵੇ ਜਾਂ ਕਸ਼ਮੀਰੀ ਰੋਟੀ ਖਾਣੀ ਹੋਵੇ, ਸਾਨੂੰ ਕਸ਼ਮੀਰ ਜਾਣ ਦੀ ਲੋੜ ਨਹੀਂ ਆ, ਪੰਜਾਬ ਵਿੱਚ ਸਾਨੂੰ ਅੰਮ੍ਰਿਤਸਰ ਵਿੱਚ ਮਿਲ ਸਕਦਾ ਹੈ ਜੀ। ਇਹ ਆਪਕੋ ਅੰਮ੍ਰਿਤਸਰ ਮੇਂ ਮਿਲੇਗਾ ਗਿਲਵਾਲ ਗੇਟ ਚੌਕ ਪੇ, ਜਹਾਂ ਪੇ ਮੰਦਿਰ ਰੱਖਾ ਹੈ, ਯਹਾਂ ਪੇ ਮੰਦਿਰ ਹੈ, ਗਿਲਵਾਲ ਗੇਟ ਚੌਕ ਪੇ ਆਪਕੋ ਯਹਾਂ ਸੁਬਹਾ 5 ਸੇ ਲੇਕਰ ਸ਼ਾਮ ਕੇ 7:30 ਵਜੇ ਤੱਕ ਆਪਕੋ ਮਿਲ ਜਾਏਗੀ। ਜਿੱਥੇ ਕਸ਼ਮੀਰੀ ਰੋਟੀ ਲੋਕ ਕਸ਼ਮੀਰ ਦੇ ਲੋਕ ਪਸੰਦ ਕਰਦੇ ਨੇ, ਉੱਥੇ ਜਿਹੜੇ ਅੰਮ੍ਰਿਤਸਰ ਦੇ ਲੋਕ ਨੇ ਖਾਸ ਕਰਕੇ ਉਹ ਕਿੰਨੀਆਂ ਜਿਹੜੀਆਂ ਰੋਟੀਆਂ ਪਸੰਦ ਕਰਦੇ ਨੇ, ਜਾਂ ਜਿਹੜੀ ਤੁਹਾਡੀ ਵਰਾਇਟੀ ਹੈ ਜਿਹੜੀ 5 ਤਰ੍ਹਾਂ ਦੀ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਿਆਰ ਕਰਦੇ ਹੋ, ਇਹ ਕਿੰਨੇ ਕਿਲੋ ਅੰਮ੍ਰਿਤਸਰ ਦੇ ਲੋਕ ਪਸੰਦ ਕਰਦੇ ਨੇ? ਅੰਮ੍ਰਿਤਸਰ ਵਾਲੇ ਜੋ ਯਹਾਂ ਪੇ ਇਹ ਰੋਟੀ ਕਸ਼ਮੀਰੀ ਨਾਨ ਹਮ ਲਗਾਤੇ ਇਸਕੋ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਔਰ ਖਾਣੇ ਮੇਂ ਵੀ ਇਸਕੋ ਟੇਸਟ ਹੈ, ਤੋ ਹਰ ਵਕਤ ਯਹਾਂ ਅੰਮ੍ਰਿਤਸਰ ਕੇ ਲੋਕ ਆਤੇ ਰਹਿਤੇ ਹੈ। ਹਮਾਰੇ ਸਾਥ ਉਨਕੇ ਸਾਥ ਤਾਉਨ ਵੀ ਅੱਛਾ ਹੈ, ਜਬ ਜਬ ਵੀ ਉਹ ਆਤੇ ਹੈ ਤੋ ਕੁਲਚਾ ਲੇਕਰ ਹੀ ਜਾਤੇ ਹੈ, ਕਹਤੇ ਹੈ ਭਾਈ ਇਹ ਕਸ਼ਮੀਰ ਅਬ ਹਮੇ ਜਾਣੇ ਕੀ ਜ਼ਰੂਰਤ ਨਹੀਂ ਹੈ, ਅਬ ਕਸ਼ਮੀਰ ਕਾ ਯਹਾਂ ਇਹ ਕੁਲਚੇ ਵਾਲਾ ਲੱਗ ਗਿਆ, ਅਬ ਕੋਈ ਟੈਨਸ਼ਨ ਨਹੀਂ, ਤੋ ਯਹਾਂ ਆਤੇ ਰਹਿਤੇ ਔਰ ਵੋ ਲੇਤੇ ਹੈ। ਬਿਲਕੁਲ ਜੀ, ਜਿੱਥੇ ਅੰਮ੍ਰਿਤਸਰ ਵਿੱਚ ਇੰਨੀ ਠੰਡ ਪੈ ਰਹੀ ਆ, ਤੁਸੀਂ ਕਸ਼ਮੀਰ ਜਾ ਕੇ ਘੁੰਮਣ ਫਿਰਨ ਦੀ ਸੋਚਦੇ ਹੋ, ਉੱਥੇ ਤੁਹਾਨੂੰ ਅੰਮ੍ਰਿਤਸਰ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਗਿਰਦਾ ਜਿਹੜਾ ਕਿ ਤਿਆਰ ਕੀਤਾ ਗਿਆ ਵੀਰ ਵੱਲੋਂ, ਹੁਣੇ ਤਿਆਰ ਕੀਤਾ ਗਿਆ, ਬੜਾ ਤਾਜ਼ਾ ਗਿਰਦਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ, ਬਹੁਤ ਸੋਹਣਾ ਜਿਹੜਾ ਕਿ ਰੰਗ ਜਿਹੜਾ ਤਿਆਰ ਕੀਤਾ ਗਿਆ ਵਾ, ਅਤੇ ਵੇਖਣ ਨੂੰ ਵੀ ਅਤੇ ਖਾਣ ਵਿੱਚ ਹੀ ਕਹਿੰਦੇ ਬਹੁਤ ਟੇਸਟੀ ਹੁੰਦਾ ਵਾ। ਤੁਹਾਨੂੰ ਹਰ ਜਿਹੜੀ ਸਹੂਲਤ ਆ ਅੰਮ੍ਰਿਤਸਰ ਵਿੱਚ ਮਿਲੇਗੀ, ਤੁਹਾਨੂੰ ਹੁਣ ਜੰਮੂ ਕਸ਼ਮੀਰ ਜਾਣ ਦੀ ਮਨਾਲੀ ਜਾਣ ਦੀ ਲੋੜ ਨਹੀਂ, ਠੰਡ ਉੱਥੇ ਬਹੁਤ ਪੈ ਰਹੀ ਆ, ਉਹ ਠੰਡ ਅੰਮ੍ਰਿਤਸਰ ਵਿੱਚ ਪੈ ਰਹੀ ਆ, ਅਤੇ ਤੁਹਾਨੂੰ ਖਾਣ ਵਾਸਤੇ ਜਿਹੜੀ ਹੋਰ ਵਰਾਇਟੀ ਵੀ ਹੁੰਦੀ ਆ, ਮੈਨੂੰ ਇਸ ਤੋਂ ਵੀ ਹੋਰ ਕਿਹੜੀ ਕਿਹੜੀ ਵਰਾਇਟੀ ਨਾਲ ਖਾਣ ਵਾਸਤੇ ਆ? ਅਭੀ ਇਸਕੇ ਸਾਥ ਜੋ ਇਹ 4 ਵਰਾਇਟੀ ਯਹਾਂ ਪੇ ਅਵੇਲੇਬਲ ਹੈ,
ये वाला जो है ये आप कभी भी सब्जी के साथ खा सकते हो, या किसी जगह ऑफिस वाफिस में जाते हैं रोटी लेने की ज़रूरत नहीं। सुबह घर में बहू बेटी होती है, माँ बहन होती है हमारी, उनको उठने की जल्दी भी ज़रूरत नहीं उतनी, जब जल्दी मर्द को जाना पड़ेगा ऑफिस तो शाम को ये रोटी ले जाओ, रखो जहाँ मर्जी वहाँ रखो, पॉलिथीन में रखो, सुबह को इसको तवे पर खुद गर्म कर सकता है बंदा, टिफिन में डाल दिया और चल दिया। ये वैसा का वैसा ही, ये देखो ये कितना नरम है, ये एकदम मुलायम रहता है, बिल्कुल नरम है, सॉफ्ट है, ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਹੱਥ 'ਚ ਮੁੜ ਜਾਂਦਾ ਵਾ, ਖਾਸ ਕਰਕੇ ਜਿਵੇਂ ਅਸੀਂ ਸਟੱਫ ਨਾਨ ਕਹਿੰਦੇ ਹਾਂ ਉਸੇ ਤਰ੍ਹਾਂ ਜਿਹੜਾ ਇਹ ਤਿਆਰ ਹੋ ਜਾਂਦਾ, ਬਿਲਕੁਲ ਤੁਹਾਨੂੰ ਤਾਜ਼ਾ ਮਿਲੇਗਾ। ਮੈਨੂੰ ਦੱਸੋ ਵੀ ਇਹਨੂੰ ਤਿਆਰ ਕਰਨ ਵਿੱਚ ਕੀ ਲੱਗਦਾ ਅਤੇ ਕਿਸ ਤਰ੍ਹਾਂ ਤਿਆਰ ਹੁੰਦਾ ਹੈ? ਇਹ ਪਹਿਲੇ ਹਮ ਆਟਾ ਵਹਾਂ ਪੇ ਗੁੰਨਦੇ ਹੈ, ਪਹਿਲੇ ਪਾਣੀ ਡਾਲਦੇ ਹੈ, ਗੁਨਗੁਨਾ ਸਾ ਪਾਣੀ ਹੋਣਾ ਚਾਹੀਏ, ਉਹ ਡਾਲਦੇ ਹੈ, ਫਿਰ ਆਟੇ ਮੈਂ ਉਹ ਨਮਕ ਡਾਲਦੇ ਹੈ, ਫਿਰ ਇਹ ਮਿਲਾਤੇ ਹੈ, ਫਿਰ ਇਸਕੋ ਕਮ ਸੇ ਕਮ 10-20 ਮਿੰਟ ਰੈਸਟ ਕਰਵਾਤੇ ਹੈ, ਜਬ ਤੱਕ ਇਹ ਖੰਬੀਰਾ ਇਸਮੇ ਮਿਲਾਤੇ ਹੈ, ਜਬ ਤੱਕ ਉਹ ਖੰਬੀਰਾ ਟੂਟੇ ਨਾ, वो जब रेस्ट 15-20 मिनट हो जाते फिर पेड़े बन जाते हैं, फिर पेड़े बनने के बाद ये तैयार हो जाता है। यहाँ पे ये देखो लग रहा है, लाइव देख सकते हो भाई कैसे ये लग रहा है, आप देखो लाइव देखो, तस्वीर भी देख सकते हो भी लाइव जरा बना के तैयार किया जा रहा है, आप देख सकते हो ये भी, वो देखो लाइव अभी भी बना रहा है, वो ताज़ा ताज़ा आटा लगा रहे हैं, आप ये लाइव देख सकते हो। ये यहाँ पे आपको सुबह 5 बजे से लेकर शाम के 7 बजे तक कभी भी मिल सकता है, और आप आ सकते हो यहाँ, अगर किसी को ऑर्डर करना हो तो वो आप यहाँ आओ सुबह सवेरे, बोलो कितने बजे क्या चाहिए, कितने 100 कुलचे, 200 कुलचे, 500 कुलचे, 1000 कुलचे, वो आप सुबह सवेरे आकर ऑर्डर दे सकते हो। आप टाइम नोट करवाओगे हमारे पास तो उस टाइम में आओगे तो आपको ताज़ा ताज़ा यहाँ माल हर वक्त मिलेगा। ये रोटी कुलचे रोटी कुलचा कहते कुलचा कहते हैं, और ये जो ये वाला है इसको बाकिर खानी कहते हैं, कश्मीरी में इसको बाकिर खानी कहते हैं, और इसको बड़ा स्वाद आता है, जैसे ये कचौरी होती है वैसे ये भी होते हैं। दर्शकों को साझा कर दो की वरायटी है, कितने कितने पैसे आ रही है मिलती है? ये वैरायटी जो है इसको बाकिर खानी कहते हैं, ये आपको 5 रुपए में, सिर्फ 5 रुपए में मिलेगा, 8 रुपए 10 रुपए नहीं, खाली 5 रुपए में। ये सुबह चाय के साथ भी खा सकते हो, दिन में भी चाय के साथ खा सकते हो, जब आपको मर्जी हो तब खा सकते हो। और ये जो ये आइटम है तो इसको भी बाकिर खानी कहते हैं, लेकिन ये बड़ी बाकिर खानी ये 10 रुपए की है जी, इसका प्राइस खाली 10 रुपए है। और ये वाला, ये वाला इसको कश्मीरी में गिरदा कहते हैं, ये क्यों वाला क्या होता है, ऊपर से तिल लगाया होता है और दही भी लगाया होता है ऊपर से, ये आपको 10 रुपए का मिलेगा जी। ये जो ये है ये कश्मीरी कुलचा है, ये आप सब्ज़ी के साथ भी खाते हो, मीट के साथ भी, जिसके साथ उसके, ये खाली सिंपल है, इसका रेट है 5 रुपया जी। बहुत बहुत धन्यवाद जी, तुम देखिए आप वीर ने सारिया वरायटियां जेडे कि सारे रेट दस दते ने, साढ़े भी दर्शकों अपील है भी जिद तुम कि अमृतसर साहब आओ या तुम कि यहोजी चीज़ा तुम मंगा चाहते हो तो खाना भी चाहते हो तो अमृतसर गरवाली चौंक बिल्कुल सामने जोड़ा कि मंदिर है, मंदिर के सामने जोड़ा कि इन्होंने कश्मीरी ढाबा खोलिया वा, तो इतने हर एक जी कश्मीरी जी वरायटी खाने वाली सवेरे नाश्ते तो लैके दोपहर तक शाम तक तो रात जो खाने तक जी सारिया वरायटियां जी खाने मिलनगियाँ। तुम देख सकते हो भी वीर का कहना भी जी वरायटी है रोटियां जी कहते हैं कश्मीरी कुलचा भी कहते हैं, इसमें ये 4-4 दिन जोड़ा खराब नहीं होंगे, इस तरह सॉफ्ट जो बनया रहा, खास कर जो कि गिरदा जो हाड़ी वीर ने दिखाया भी तिलों में जरा तैयार होंगे, जिम्मे ठंड इन्नी पै रही है जो तिल आ साड़ी सेहत वास्ते बहुत वधिया वा, इस करके जो तुम कि अमृतसर साहब हो इन्हें कवा के जरा जरूर लेके जाओ। तो वीर जी जेकर किसी ने इस तरह लैना हो अपना मोबाइल नंबर जरूर दस दौ, जेकर किसी ने आर्डर देना हो। मेरा मोबाइल नंबर है 6600 6128
2422। किसी को भी मोबाइल या ऑर्डर देना इस नंबर पर, अगर ये नंबर अवेलेबल नहीं है तो दूसरा नंबर भी हमारे पास है 9797998110। इस नंबर पर भी आप कॉल कर सकते हो और हम हमेशा आपके सेवा के लिए यहाँ मौजूद होंगे। बहुत धन्यवाद जी। तुम देखिए भी वीर का कहना ਵੀ ਜਦੋਂ ਮਰਜ਼ੀ ਤੁਸੀਂ ਕਹੋ 24 ਘੰਟੇ ਜਿਹੜਾ ਫੋਨ ਤੁਹਾਡੇ ਕੋਲ ਸਾਡੀ ਸੇਵਾ ਵਿੱਚ ਹਾਜ਼ਰ ਨੇ ਅਤੇ ਤੁਹਾਨੂੰ ਪੰਜਾਬ ਖਾਸ ਕਰ ਜਿਹੜੀ ਕਸ਼ਮੀਰ ਦੀਆਂ ਜਿਹੜੀਆਂ ਖਾਣ ਵਾਲੀਆਂ ਵਰਾਇਟੀਆਂ ਨੇ ਤੁਹਾਨੂੰ ਹਰ ਵਕਤ ਜਿਹੜੀਆਂ ਮਿਲਣਗੀਆਂ। ਇਸ ਕਰਕੇ ਸਾਡੀ ਦਰਸ਼ਕਾਂ ਨੂੰ ਅਪੀਲ ਹੈ ਵੀ ਜੇਕਰ ਤੁਸੀਂ ਕਸ਼ਮੀਰ ਨਹੀਂ ਜਾ ਸਕਦੇ ਪਰ ਤੁਹਾਨੂੰ ਕਸ਼ਮੀਰ ਦੀਆਂ ਜਿਹੜੀਆਂ ਖਾਣ ਵਾਲੀਆਂ ਵਰਾਇਟੀਆਂ ਨੇ ਰੋਟੀ ਤੋਂ ਲੈ ਕੇ ਜੋ ਸਵੇਰੇ ਚਾਹ ਤੋਂ ਲੈ ਕੇ ਨਾਸ਼ਤੇ ਤੋਂ ਲੈ ਕੇ ਦੁਪਹਿਰ ਦੇ ਖਾਣੇ ਤੱਕ ਅਤੇ ਉਸ ਤੋਂ ਬਾਅਦ ਰਾਤ ਦੇ ਡਿਨਰ ਤੱਕ ਜੋ ਜੋ ਤੁਹਾਨੂੰ ਸਮਾਨ ਖਾਣ ਨੂੰ ਸਾਰਾ ਜਿਹੜਾ ਕਸ਼ਮੀਰ ਦੇ ਨਾਂ ਦੀ ਬਜਾਏ ਤੁਹਾਨੂੰ ਅੰਮ੍ਰਿਤਸਰ ਵਿੱਚ ਹੀ ਮਿਲੇਗਾ। ਸਾਡੀ ਦਰਸ਼ਕਾਂ ਨੂੰ ਅਪੀਲ ਆ ਜੇਕਰ ਤੁਸੀਂ ਇਸ ਤਰ੍ਹਾਂ ਖਾਣਾ ਚਾਹੁੰਦੇ ਹੋ ਤਾਂ ਇਸ ਨੰਬਰਾਂ 'ਤੇ ਫੋਨ ਕਰਕੇ ਇਹਨਾਂ ਵੀਰਾਂ ਨਾਲ ਸੰਪਰਕ ਕਰ ਸਕਦੇ ਹੋ। ਕਸ਼ਮੀਰੀ ਢਾਬੇ ਦਾ ਵੀ ਜਿਹੜਾ ਇਹਨਾਂ ਨੇ ਢਾਬਾ ਖੋਲ੍ਹਿਆ ਅੰਮ੍ਰਿਤਸਰ ਵਿੱਚ। ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।